ਐਂਟੀ ਟੈਰੋਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਬਿੱਟਾ ਨੇ ਇਹ ਪ੍ਰੈਸ ਵਾਰਤਾ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਨਾਲ ਲੈ ਕੇ ਕੀਤੀ ਹੈ। ਬਿੱਟਾ ਨੇ ਹਰਿਆਣਾ ਸਰਕਾਰ ਤੇ ਸ਼ਹੀਦ ਦੀ ਪਤਨੀ ਦੇ ਅਪਮਾਨ ਕਰਨ ਦੇ ਦੋਸ਼ ਲਾਏ ਨੇ। ਕੀ ਕਿਹਾ ਬਿੱਟਾ ਨੇ, ਆਓ ਸੁਣਦੇ ਹਾਂ। ਐਂਟੀ ਟੈਰੋਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਅੱਜ ਪ੍ਰੈਸ ਵਾਰਤਾ ਕੀਤੀ ਹੈ। ਉਹਨਾਂ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨੂੰ ਲੈ ਉਹਨਾਂ ਦੇ ਹੋਏ ਅਪਮਾਨ ਬਾਰੇ ਜਨਤਾ ਨੂੰ ਦੱਸਿਆ। ਬਿੱਟਾ ਨੇ ਤਿੱਖੇ ਸ਼ਬਦਾਂ 'ਚ ਬੋਲਦਿਆਂ ਕਿਹਾ ਕਿ ਰਾਜਨਾਥ ਸਿੰਘ ਦੀ ਕੁਰੂਕਸ਼ੇਤਰ ਫੇਰੀ ਦੌਰਾਨ ਮਨਦੀਪ ਸਿੰਘ ਦੀ ਪਤਨੀ ਨੂੰ ਡਿਊਟੀ 'ਤੇ ਹੋਣ ਦੇ ਬਾਵਜੂਦ ਥਾਣੇ 'ਚ ਬੰਦ ਰੱਖਿਆ ਗਿਆ ਅਤੇ ਬਿੱਟਾ ਨੇ ਕਿਹਾ ਕਿ ਪਤਾ ਨਹੀਂ ਸਰਕਾਰ ਕਿਹੜੀ ਗੱਲੋਂ ਡਰਦੀ ਸੀ। ਆਜ ਕਾ ਜੋ ਸਰਦਾਰ ਸਰਦਾਰ ਮਨਦੀਪ ਸਿੰਘ ਜੀ ਜਿਨ੍ਹੋਂਨੇ ਦੀਵਾਲੀ ਕੇ ਦੋ ਦਿਨ ਪਹਿਲੇ ਸ਼ਹਾਦਤ ਦੀ ਪਾਕਿਸਤਾਨ ਨੇ ਉਨਕੇ ਸਰੀਰ ਕੋ ਕਿਸ ਤਰੀਕੇ ਸੇ ਬਰਬਾਦਾ ਕਰਨੇ ਕੀ ਕੋਸ਼ਿਸ਼ ਕੀ ਔਰ ਉਸਕੇ ਪਰਿਵਾਰ ਕਾ ਅਪਮਾਨ ਕੈਸੇ ਹੁਆ, ਪਤਨੀ ਕਾ ਅਪਮਾਨ ਕੈਸੇ ਹੁਆ। ਹਿੰਦੁਸਤਾਨ ਕੇ ਹੋਮ ਮਿਨਿਸਟਰ ਜਬ ਚਾਰ ਦਿਨ ਪਹਿਲੇ ਕੁਰੂਕਸ਼ੇਤਰਾ ਮੇ ਆਏ, ਪੁਲਿਸ ਕੀ ਡਿਊਟੀ ਮੇ ਥੀ ਉਨਕੀ ਪਤਨੀ, ਮਨਦੀਪ ਸਿੰਘ ਜੀ ਕੀ ਪਤਨੀ, ਉਨਕੇ ਆਨੇ ਸੇ ਇੱਕ ਘੰਟਾ ਪਹਿਲੇ ਡਿਊਟੀ ਸੇ ਹਟਾ ਦਿਆ ਗਿਆ ਔਰ ਥਾਣੇ ਮੇ ਬੰਦ ਕਰ ਦਿਆ ਗਿਆ। ਉਤਨੀ ਦੇਰ ਤੱਕ ਆਪ ਨਹੀਂ ਜਾਓਗੇ, ਜਿਤਨੀ ਦੇਰ ਤੱਕ ਵੀ ਆਈ ਪੀ ਯਹਾਂ ਸੇ ਨਹੀਂ ਜਾਏਗਾ। ਕਿਆ ਯੇ ਸਰਦਾਰ ਮਨਦੀਪ ਸਿੰਘ ਜੀ ਕੀ ਸ਼ਹਾਦਤ ਥੀ, ਕਿਆ ਯਹ ਕੁਰਬਾਨੀ ਥੀ, ਉਸਕੀ ਪਤਨੀ ਕੋ ਖੁਦ ਪੁਲਿਸ ਮੇ ਹੋਤੇ ਹੋਏ ਥਾਣੇ ਮੇ ਬਿਠਾ ਦਿਆ ਔਰ ਉਤਨੀ ਦੇਰ ਤੱਕ ਨਹੀਂ ਜਾਓ ਹੈ। ਯੇ ਮਾਲੂਮ ਨਹੀਂ, ਯੇ ਸਰਕਾਰ ਕੋ ਪਤਾ ਹੋਗਾ ਕਿਉਂ ਐਸਾ ਕੀਆ ਗਿਆ। ਕਿਆ ਵੋ ਰਾਜਨਾਥ ਜੀ ਕੋ ਮਿਲਣਾ ਚਾਹਤੀ, ਉਸਕੀ ਵੋ ਆਪਣੀ ਡਿਊਟੀ ਪੇ ਥੀ, ਵੋ ਡਿਸਿਪਲਿਨ ਕਭੀ ਉਸਨੇ ਤੋੜਾ ਨਹੀਂ ਹੈ। ਬਿੱਟਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਬੇਟੀਆਂ ਅਤੇ ਪਤਨੀਆਂ ਨੂੰ ਆਸ਼ੀਰਵਾਦ ਦਿਵਾਉਣਾ ਚਾਹੀਦਾ, ਨਾ ਕਿ ਅਪਮਾਨ ਕਰਨਾ ਚਾਹੀਦਾ ਅਤੇ ਉਹਨਾਂ ਕਿਹਾ ਕਿ ਸਰਕਾਰ ਨੂੰ ਸ਼ਹੀਦਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪਰ ਸਰਕਾਰ ਸ਼ਹੀਦਾਂ ਦੀ ਸਾਰ ਉਦੋਂ ਲੈਂਦੀ ਹੈ ਜਦੋਂ ਮੀਡੀਆ ਅਤੇ ਜਾਂ ਫਿਰ ਲੋਕ ਵਿਰੋਧ ਕਰਦੇ ਨੇ। ਵਹਾਂ ਕਿ ਸਰਕਾਰ ਕੋ ਰਾਜਨਾਥ ਜੀ ਸੇ ਮਿਲਾਤੇ, ਆਸ਼ੀਰਵਾਦ ਦਿਲਾਤੇ, ਕੋਈ ਡਿਮਾਂਡ ਨਹੀਂ, ਕੁਛ ਨਹੀਂ ਕਿ ਇਸਕੇ ਪਤੀ ਨੇ ਸ਼ਹਾਦਤ ਦੀ ਥੀ। ਯੇ ਤਿੰਨ ਵਾਰ ਹੋ ਚੁਕਾ, ਦੋ ਵਾਰ ਚੀਫ ਮਿਨਿਸਟਰ ਕੇ ਐਸੀ ਡਿਊਟੀ ਪੇ ਹੋ ਚੁਕਾ, ਜਾਂ ਤੋ ਡਿਊਟੀ ਲਗਾਓ, ਨਾ ਅਗਰ ਡਿਊਟੀ ਲਗਾਈ ਤੋ ਹਟਾ ਕਿਉਂ ਰਹੇ ਹੋ, ਸ਼ੱਕ ਕਿਸ ਬਾਤ ਕਾ ਕਰ ਰਹੇ ਹੋ ਉਸਕੇ ਉੱਪਰ। ਸਭ ਸੇ ਬੜਾ ਜੋ ਹੈ ਆਜ ਕਾ ਮੁੱਦਾ ਥਾ ਸ਼ਹੀਦੋਂ ਕਾ ਅਪਮਾਨ, ਸ਼ਹਾਦਤੋਂ ਕਾ ਅਪਮਾਨ, ਯੇ ਹਮਾਰਾ ਸਭ ਸੇ ਬੜਾ ਮੁੱਦਾ ਥਾ। ਔਰ ਅਗਰ ਆਪ ਕਹਿ ਰਹੇ, ਸਰਕਾਰ ਕਹਿ ਰਹੀ ਹੈ ਜੀ ਸਭ ਕੋ ਬਤਾ ਰਹੇ ਹਮਨੇ ਨੌਕਰੀ ਦੇ ਦੀ, ਹਮਨੇ ਨੌਕਰੀ ਦੇ ਦੀ, ਜਿਸ ਕੋ ਪੁੱਛੋ ਨੌਕਰੀ ਦੇ ਦੀ, ਕਿਆ ਨੌਕਰੀ ਕੋਈ ਆਈ ਪੀ ਐੱਸ ਕੀ ਦੇ ਦੀ, ਕਿਆ ਨੌਕਰੀ ਕੋ ਮਜਿਸਟ੍ਰੇਟ ਕੀ ਦੇ ਦੀ, ਕਿਆ ਨੌਕਰੀ ਕੋ ਪੀ ਸੀ ਐੱਸ ਕੀ ਦੇ ਦੀ, ਕਲਰਕ ਕੀ ਨੌਕਰੀ ਦੇ ਦੀ, ਉਹ ਵੀ ਤਬ ਦੀ ਜਾਂ ਪਤਾ ਕਿ ਆਪਕੀ ਅਦਾਲਤ ਮੇ ਹਮ ਆਨੇ ਵਾਲਾ ਹੈ ਪਰਿਵਾਰ। ਬਿੱਟਾ ਨੇ ਹਰਿਆਣਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਨੂੰ ਯੋਗਤਾ ਅਨੁਸਾਰ ਵਣਦਾ ਰੈਂਕ ਦੇਣਾ ਚਾਹੀਦਾ। ਉਹਨਾਂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰ ਅਤੇ ਉਦਾਹਰਣ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਬੇਟੇ ਬੇਟੀਆਂ ਨੂੰ ਵਧੀਆ ਰੈਂਕ ਵਾਲੀਆਂ ਨੌਕਰੀਆਂ ਦੇ ਨਾਲ ਨਿਵਾਜਿਆ। ਮਨਦੀਪ ਸਿੰਘ ਦੀ ਪਤਨੀ ਐੱਮ ਏ ਪਾਸ ਹੈ ਬਈ, ਪੁਲਿਸ ਮੇ ਆਲਰੇਡੀ ਨੌਕਰੀ ਕਰ ਰਹੀ ਹੈ, ਤਿੰਨ ਸਾਲ ਕੇ ਬਾਅਦ ਏ ਐੱਸ ਆਈ ਬਣ ਜਾਏਗੀ। ਅਗਰ ਮਾਨ ਸਨਮਾਨ ਦੇਣਾ ਹੈ ਆਪ ਖਿਲਾੜੀਓ ਕੋ ਦੇ ਰਹੇ ਹੋ, ਮਨਦੀਪ ਸਿੰਘ ਕੀ ਪਤਨੀ ਆਲਰੇਡੀ ਪੁਲਿਸ ਮੇ, ਆਪ ਦੇ ਦਿਓ ਡੀ ਐੱਸ ਪੀ ਕੀ ਨੌਕਰੀ, ਦੇ ਦਿਓ ਇੰਸਪੈਕਟਰ ਕੀ ਨੌਕਰੀ, ਕਿਆ ਫਰਕ ਪੜਤਾ। ਪੰਜਾਬ ਮੇ ਅਭੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦੀ ਕਿਆ, ਦੋ ਬੱਚੋਂ ਕੋ ਨਾਇਬ ਤਹਿਸੀਲਦਾਰ ਔਰ ਸਬ ਇੰਸਪੈਕਟਰ ਕੀ ਨੌਕਰੀ ਅਭੀ ਦੇ ਦੀ ਉਸਨੇ। ਮਨਿੰਦਰਜੀਤ ਸਿੰਘ ਬਿੱਟਾ ਨੇ ਪਰਿਵਾਰ ਨੂੰ ਮਿਲੀ ਲਸ਼ਕਰੇ ਤੋਇਬਾ ਦੀ ਧਮਕੀ ਦਾ ਜ਼ਿਕਰ ਕਰ ਦੇਸ਼ ਦੀਆਂ ਖੁਫੀਆ ਏਜੰਸੀਆਂ 'ਤੇ ਸਵਾਲ ਉਠਾਏ ਨੇ। ਉਹਨਾਂ ਕਹਿ ਕੇ ਸਾਡੀਆਂ ਖੁਫੀਆ ਏਜੰਸੀਆਂ ਸਾਰੀਆਂ ਰਿਪੋਰਟਾਂ ਗਲਤ ਪੇਸ਼ ਕਰ ਰਹੀਆਂ ਨੇ। ਇੱਕ ਬਾਤ ਮੇਰਾ ਜ਼ਿੰਦਗੀ ਕਾ ਜਨਾਬ ਐਕਸਪੀਰੀਅੰਸ ਹੈ, ਇਤਨੇ ਸਾਲੋਂ ਸੇ ਚੰਡੀਗੜ੍ਹ ਮੇ ਹੂੰ, ਪੰਜਾਬ ਕੀ ਵੀ ਸੀ ਆਈ ਡੀ ਹੈ ਔਰ ਸਟੇਟੋ ਕੀ, ਯਹਾਂ ਕੀ ਸੀ ਆਈ ਡੀ ਇੰਟੈਲੀਜੈਂਸ, ਹਮ ਖਾਤੇ ਕਿਆ ਹੈ, ਹਮ ਪੀਤੇ ਕਿਆ ਹੈ, ਆਪਕੇ ਘਰ ਜਾਊਂਗਾ ਵੀਡੀਓ ਬਣਾਉਣੇ ਲੱਗ ਜਾਂਗੇ। ਅਰੇ ਯਾਰ ਮੈਂ ਪੋਲੀਟੀਸ਼ੀਅਨ ਥੋੜ੍ਹਾ ਹੂੰ ਯਾਰ, ਮੈਂ ਪਰਸਨਲੀ ਚਾਹ ਪੀਣੇ ਆਇਆ ਹੂੰ, ਵੀਡੀਓ ਬਣਾਉਣਾ, ਅਰੇ ਹਮਾਰੀ ਗਾੜੀਓ ਕਾ ਕਾਫਲਾ ਜਾ ਰਿਹਾ ਹੈ, ਉਸਮੇ ਸੁਰੱਖਿਆ ਕੀ ਕਮਜ਼ੋਰੀ ਹੋ ਰਹੀ ਹੈ, ਵੀਡੀਓ ਕਹੀਂ ਔਰ ਟੋਟਲ ਰਿਪੋਰਟਸ ਗਲਤ ਜਾ ਰਹੀ ਹੈ ਸਾਰੀ। ਜੋ ਵੀ ਚੀਫ ਮਿਨਿਸਟਰ ਆਤਾ ਯਹਾਂ ਕਾ ਇੰਟੈਲੀਜੈਂਸ ਏਜੰਸੀ, ਉਸਕੋ ਰਿਪੋਰਟ ਕੋ ਮਸਾਲੇ ਲਗਾ ਕੇ ਦੇਤਾ ਹੈ, ਇਨਕੇ ਸਾਥ ਯਹੀ ਤੋ ਹੁਆ। ਅਗਰ ਇੰਟੈਲੀਜੈਂਸ ਏਜੰਸੀ ਇਤਨੀ ਬੜੀਆ ਹੋਤੀ ਤੋ ਆਜ ਇਨਕੋ ਆਪਕੇ ਪਾਸ ਆਨਾ ਪੜਤਾ, ਇੰਟੈਲੀਜੈਂਸ ਕੀ ਕਮਜ਼ੋਰੀ ਕੇ ਕਾਰਨ ਯੇ ਪਰਿਵਾਰ ਕੋ ਆਪ ਮੇ ਆਨਾ ਪੜਾ, ਕਿਉਂਕਿ ਇੰਟੈਲੀਜੈਂਸ ਏਜੰਸੀ ਨੇ ਚੀਫ ਮਿਨਿਸਟਰ ਤੱਕ ਰਿਪੋਰਟ ਸਹੀ ਨਹੀਂ ਪਹੁੰਚਾਈ ਹੈ। ਇੰਟੈਲੀਜੈਂਸ ਏਜੰਸੀ ਕਾ ਢਾਂਚਾ ਚੀਫ ਮਿਨਿਸਟਰ ਸਾਹਿਬ ਕੋ ਬਿਲਕੁਲ ਠੀਕ ਕਰਨਾ ਪੜੇਗਾ। ਬਿੱਟਾ ਨੇ ਇੱਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਦੇਸ਼ ਦੀਆਂ ਏਜੰਸੀਆਂ 'ਤੇ ਸਵਾਲ ਖੜੇ ਕੀਤੇ ਨੇ। ਪਹਿਲਾਂ ਵੀ ਬਿੱਟਾ ਸਭ ਤੋਂ ਸਖ਼ਤ ਸੁਰੱਖਿਆ ਹੇਠ ਚੱਲਦੇ ਨੇ, ਪਰ ਫਿਰ ਵੀ ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਪ੍ਰਣਾਲੀ 'ਤੇ ਯਕੀਨ ਨਹੀਂ ਹੈ। ਨਿਊਜ਼ ਡੈਸਕ ਤੋਂ ਰੁਪਿੰਦਰ ਚਹਿਲ ਦੇ ਨਾਲ ਕੁਲਜਿੰਦਰ ਸੂਦ, ਗਲੋਬਲ ਪੰਜਾਬ ਟੀਵੀ, ਚੰਡੀਗੜ੍ਹ।